ਜੇ ਕੋਈ ਦੁੱਖ ਤਕਲੀਫ ਹੋਈ ਆ ਸੰਤਾਂ ਦਾ ਨੰਬਰ ਆ ਮਿਸ ਕਾਲ ਮਾਰ ਦੀ ਆਪੇ ਅਨਲਿਮਿਟਿਡ ਵੀ ਪਵਾ ਕੇ ਰੱਖਦੇ ਆਪੇ ਹੀ ਲਾ ਲੈਣਗੇ ਉਹ ਤੂੰ ਕੋਈ ਚੱਜ ਦਾ ਕੰਮ ਕਰ ਲੈ ਤੂੰ ਪਹਿਲਾਂ ਇੰਨੇ ਕੰਮ ਕਰੇ ਨੇ ਤੂੰ ਉਹਨਾਂ 'ਚ ਕਿਹੜਾ ਪਾਸ ਹੋ ਗਿਆ ਚੱਜ ਦਾ ਕੰਮ ਕਰ ਲੈ ਕੋਈ ਮੇਰੀ ਗੱਲ ਮੰਨ ਲੈ ਉਹ ਡੈਡੀ ਤੂੰ ਦੇਖੀ ਜਾਈ ਆਹ ਕੰਮ ਤਾਂ ਇੰਨੇ ਜ਼ੋਰਾਂ ਸ਼ੋਰਾਂ ਨਾਲ ਚੱਲੂ ਪੈਸੇ ਉਹੀ ਆਵਾਂਗੇ ਐਤਕੀ ਤਾਂ ਤੂੰ ਦੇਖੀ ਜਾਈ ਬਹੁਤ ਵਧੀਆ ਕੰਮ ਚਲਾਇਆ ਐਤਕੀ ਮੈਂ ਉਹ ਕੰਮ ਤੇ ਰਹਿ ਪਾਸ ਨਹੀਂ ਹੁੰਦਾ ਤੂੰ ਮੈਥੋਂ ਲਿਖਾ ਕੇ ਲੈ ਲਾ ਲਿਖਾ ਕੇ ਨਹੀਂ ਡੈਡੀ ਤੈਨੂੰ ਐਤਕੀ ਫਿਰ ਪਾਸ ਹੋ ਕੇ ਲਿਖਾਊ ਮੈਂ ਦੇਖੀ ਜਾਈ ਅਸੀਂ ਬੋਰਨਵਿਟਾ ਕੰਪਨੀ ਤੋਂ ਆਏ ਸੀ ਪਾਲਿਸੀ ਦੇ ਦਈਏ ਨਾ ਵਧੀਆ ਸਕੀਮ ਆਈ ਹੈ ਨਾ ਨਾ ਚਲੋ ਤੁਹਾਡੀ ਮਰਜ਼ੀ ਹੈ ਭਰਾ ਡੈਡੀ ਸਹੀ ਕਹਿੰਦਾ ਸੀਗਾ ਐਂ ਤਾਂ ਨਹੀਂ ਕੰਮ ਲੋਟ ਆਉਂਦਾ ਜਗਾੜ ਤਾਂ ਕੋਈ ਲਾਉਣਾ ਇੱਕ ਸਕੀਮ ਹੈਗੀ ਆ ਫਿਰ ਚੱਲ ਫਿਰ ਸੰਤ ਨਬਜ ਦੇਖ ਕੇ ਰੋਗ ਦੱਸਦੇ ਨੇ ਹਰੀਸ਼ਾ ਬਣਦਾ ਨਜਲਾ ਬਣਦਾ ਸੰਤਾਂ ਦੀ ਜੜੀ ਬੂਟੀ ਨਾਲ ਤਿਆਰ ਕੀਤੀ ਦਵਾਈ ਆ ਕਰੇ ਮਾਰੀਏ ਝਾਤੀ ਫਿਰ ਉਹ ਹਾਂ ਮਾਤਾ ਦੇ ਦਈਏ ਜੜੀ ਬੂਟੀ ਕੋਈ ਆਇਆ ਬਾਬਾ ਗਾਹ ਹੀ ਲੰਘਿਆ ਗੋਡਾ ਮੋਢਾ ਦਰਦ ਚੋਵੀ ਨਹੀਂ ਚੜਦਾ ਆ ਲਓ ਮਾਤਾ ਕਿੰਨੇ ਕੁ ਪੈਸਿਆਂ ਦਾ ਮਾਤਾ ਪੈਸਿਆਂ ਦੀ ਸਾਨੂੰ ਕੋਈ ਦਿੱਕਤ ਨਹੀਂ ਮੋਹ ਮਾਇਆ ਤੋਂ ਤਾਂ ਅਸੀਂ ਬਹੁਤ ਦੂਰ ਹੈ ਤੁਸੀਂ ਇਲਾਜ ਵੇਖੋ ਵੀ ਆਪਣਾ ਇਲਾਜ ਵਧੀਆ ਹੁੰਦਾ ਹਾਂ ਬਾਬਾ ਜੀ ਪੈਸਿਆਂ ਦਾ ਦੱਸੋ ਪੈਸਿਆਂ ਦਾ ਕੋਈ ਚੱਕਰ ਨਹੀਂ ਤੁਸੀਂ ਇਲਾਜ ਦੇਖੋ ਆਹ ਦੇਖੋ ਜੀ ਨਾ ਫੇਰ ਵੀ ਦੱਸੋ ਨਹੀਂ ਕੋਈ ਨਾ ਦੱਸ ਦਿੰਦੇ ਹਾਂ ਤੁਸੀਂ ਆਹ ਮੇਰੀ ਗੱਲ ਸੁਣੋ ਆਹ ਦੇਖੋ ਇਹ ਫੌਜੀ ਸਾਹਿਬ ਸੀਗੇ ਇਹਨਾਂ ਦੇ ਗੋਡਿਆਂ 'ਚ ਫਲਟ ਪੈ ਗਿਆ ਸੀ ਇਹਨਾਂ ਨੇ ਮੈਥੋਂ ਦਵਾਈ ਲੈਤੀ ਅਤੇ ਆਹ ਮੇਰਾ ਧੰਨਵਾਦ ਕੀਤਾ ਇਹਨਾਂ ਨੇ ਇਹ ਸਾਡੇ ਗੁਰੂ ਜੀ ਨੇ ਆ ਜਿਹਨਾਂ ਦਾ ਧੰਨਵਾਦ ਕਰ ਰਹੇ ਪੈਸਿਆਂ ਦੀ ਮੋਹ ਮਾਇਆ ਤੋਂ ਤਾਂ ਅਸੀਂ ਬਹੁਤ ਦੂਰ ਹਾਂ ਊਂ ਵੀ ਬਾਬਾ ਹੱਡ ਪੈਰ ਬਹੁਤ ਦੁਖਦੇ ਆ ਸਰੀਰ ਟੁੱਟਦਾ ਰਹਿੰਦਾ ਕਿਆ ਮਾਤਾ ਫਿਰ ਤੇਰੀ ਨਬਜ਼ ਚੈੱਕ ਕਰ ਲੈਂਦੇ ਆਪਾਂ ਕਰ ਲਓ ਬਾਬਾ ਜੀ ਦੇਖ ਮਾਤਾ ਤੇਰੇ ਬਣਦਾ ਰੇਸ਼ਾ ਰੇਸ਼ਾ ਬੜਾ ਪਿਆ ਤਾਂ ਤੈਥੋਂ ਤੁਰਿਆ ਨਹੀਂ ਜਾਂਦਾ ਗੋਡੇ ਦੁਖਦੇ ਆ ਤੇਰੇ ਤੂੰ ਹੀ ਆਪਣਾ ਤੇਲ ਵਰਤ ਅਤੇ ਫਿਰ ਦੇਖੀ ਇਸਤੇਮਾਲ ਕਰਕੇ ਇਹਦਾ ਮਾਤਾ ਸੰਤਾਂ ਨੂੰ ਚਾਹ ਤੂੰ ਨਹੀਂ ਪੀਉਂਦੀ ਬਣੀ ਵੀ ਹੈ ਚਾਹ ਤਾਂ ਹੁਣ ਲਿਆ ਦਿੰਦੀ ਹਾਂ ਮੈਂ ਜੇ ਸੰਤਾਂ ਨੂੰ ਚਾਹ ਪਿਆ ਫਿਰ ਚਾਹ ਬਣਾ ਕੰਮ ਚੱਲਦਾ ਨਹੀਂ ਨਾ ਸੰਤਾਂ ਦਾ ਠੀਕ ਆ ਸੰਤ ਭਲਾ ਕਰਨ ਤੁਹਾਡਾ ਬਾਈ ਜੀ ਪੁੱਛੇ ਦੱਸੋ ਬਾਬਾ ਜੀ ਕਿੰਨੇ ਮਾਤਾ ਪੈਸੇ ਆਪਦੀ ਛੱਡਦਾ ਨਾ 300-400 ਰੁਪਇਆ ਦੇ ਦੇ ਬਾਕੀ ਭਗਤ ਮੰਗਦੇ ਨਹੀਂ ਹੁੰਦੇ ਮੰਗਦੇ ਚੰਗੇ ਨਹੀਂ ਬਾਬਾ 300-400 ਰੁਪਇਆ ਤੂੰ ਤਾਂ ਮਹਿੰਗਾ ਲੈਣਾ ਮਾਤਾ ਤੂੰ ਪੈਸੇ ਦੇਖਣੇ ਕਿ ਇਲਾਜ ਕਰਾਉਣਾ ਤੂੰ ਤੇਲ ਵਰਤ ਕੇ ਦੇਖ ਜੇ ਨਾ 18 ਸਾਲ ਦੀ ਕੁੜੀ ਮੈਨੂੰ ਭੱਜੀ ਤੂੰ ਮੈਨੂੰ ਸ਼ਰਤ ਕਰਾਈ ਜਾਣੀ 100 ਸੱਪਾਂ ਦੀਆਂ ਸਿਰੀਆਂ ਦਾ ਕੁੱਟ ਕੇ ਫੜਾਇਆ ਤੇਲ ਹੈ ਮਾਤਾ ਇਹ ਤਾਂ 200 ਹੀ ਆ
ਅਸੀਂ ਵੀ ਤੁਰਦੇ ਫਿਰਦੇ ਆ ਤੈਨੂੰ ਪਤਾ ਹੀ ਆ ਢਿੱਡ ਭਰਦੇ ਆ ਅਸੀਂ ਵੀ ਇਹਦਾ ਮੈਂ ਸੋਡਾ ਕਰਕੇ ਤੁਹਾਨੂੰ ਦਵਾਈ ਦੇਤੀ ਵੀ ਚੱਲ ਮਾਤਾ ਠੀਕ ਹੋ ਜੂ ਤੂੰ ਤਾਂ ਬਾਹਲਾ ਹੀ ਲੱਗ ਗਿਆ ਕਰਨ ਚੱਲ ਆਇਆ ਕਰੋ ਮਾਤਾ ਸ਼ੌਰ ਕੀ ਆ ਹੋਰ ਦੇ ਦੋ ਸੰਤਾਂ ਦਾ ਕਿਹਾ ਮੋੜੀ ਦਾ ਨਹੀਂ ਹੁੰਦਾ ਚੱਲ ਲੈ ਜੀ ਤਾਂ ਕਰਦਾ ਤੁਸੀਂ ਆਹ ਦੇਖੋ ਭਾਜੀ ਦੇਖੋ ਤੁਸੀਂ ਕਿਵੇਂ ਚੰਗਾ ਜੀ ਜੈ ਸੰਤਾਂ ਦੀ ਜੈ ਚੰਗਾ ਮਾਤਾ ਚੱਲੇ ਆ ਸੰਤ ਫਿਰ ਦਵਾਈ ਦਵੂਈ ਲਾ ਲਈ ਮਾਤਾ ਅਸੀਂ ਆਉਂਦੇ ਜਾਂਦੇ ਰਹਿੰਦੇ ਹਾਂ ਸੰਤ ਕਦੇ ਵੀ ਧੋਖੇਬਾਜ਼ੀ ਨਹੀਂ ਕਰਦੇ ਠੀਕ ਹੈ ਹੋਰ ਕੋਈ ਬਾਪੂ ਬੂਪੂ ਦੀ ਦੇ ਦੀਏ ਜੜੀ ਬੂਟੀ ਕੋਈ ਉਹ ਤਾਂ ਬਾਬਾ ਹੀ ਟੱਲੀ ਵਰਗਾ ਹੈ ਗੋਡਾ ਮੋਟਾ ਤਾਂ ਨਹੀਂ ਦੁਖਦਾ ਕੋਈ ਸਭ ਠੀਕ ਹੈ ਠੀਕ ਹੈ ਚੰਗਾ ਮਾਤਾ ਚੱਕਰਾ ਮੋਤੀਆ ਗਲਾ ਮੋਤੀਆ ਕਿਉਂ ਬਾਬਾ ਪਾ ਦੀਏ ਸੁਰਮ ਸਲਾਈ ਕੋਈ ਸੁਰਮ ਸਲਾਈ ਕਾਹਦੀ ਸੁਰਮ ਸਲਾਈ ਪਾਏਗਾ ਮੈਨੂੰ ਤਾਂ ਪਹਿਲੇ ਹੀ ਘੱਟ ਦਿੰਦਾ ਹੈ ਆ ਜਾ ਲੰਘਿਆ ਦਿਖਾ ਕੀ ਹੈ ਤੇਰੇ ਕੋਲੇ ਲਾ ਲਈਏ ਜਿਸਰ ਫਿਰ ਲਾ ਦੇ ਮੰਨੇਗਾ ਸ਼ਾਂਤਾ ਨੂੰ ਮੰਨਣਾਗੇ ਲਿਆ ਦਿਖਾ ਕੀ ਹੈ ਲਿਆ ਦਿਖਾ ਕੀ ਹੈ ਲਾ ਲਈਏ ਫਿਰ ਅੱਖਾਂ ਨੂੰ ਤੋੜ ਜਾ ਮੰਗੋ ਚਮਕਣ ਫਿਰ ਤਾਂ ਅੰਤ ਹੈ ਕੋਈ ਲਾ ਦੇ ਦਿਖਾਉਣੇ ਆ ਸ਼ਾਂਤ ਦਿਖਾਓ ਨਬਜ ਦਿਖਾ ਬਾਬਾ ਕਿਨੂੰ ਨਬਜ ਸੰਤ ਨਬਜ ਦੇਖ ਕੀ ਦੱਸਦੇ ਆ ਬਿਮਾਰੀ ਦਾ ਕੀ ਹੱਲ ਹੈ ਅੱਛਾ ਚਿੱਟਾ ਮੋਤੀਆ ਨਾ ਕਾਲਾ ਮੋਤੀਆ ਨਾ ਮੇਰੀ ਤਾਂ ਉਹੀ ਨਿਗਾਹ ਘੱਟ ਹੈ ਦਵਾਈ ਪਾ ਕੋਈ ਲੈ ਫਿਰ ਤੈਨੂੰ ਇੱਕ ਐਸੀ ਸ਼ਹਿ ਦਿਖਾਉਣੇ ਆ ਸੱਤ ਸੱਪਾਂ ਦੀ ਸਿਰੀਆਂ ਦਾ ਕੁੱਟਿਆ ਹੋਇਆ ਬਣਾਇਆ ਇੱਕ ਵਧੀਆ ਢੰਗ ਨਾਲ ਤਿਆਰ ਕੀਤਾ ਹੋਇਆ ਸੁਰਮਾ ਸਾਡੇ ਕੋਲੇ ਬਾਬਾ ਅੱਛਾ ਆ ਰਹੋ ਬਾਬਾ ਜੀ ਹਲੋ ਬਾਬਾ ਜੀ ਆਟਾ ਬੱਚਾ ਸੰਤ ਆਟਾ ਨੀ ਪਵਾਉਂਦੇ ਇਹਦਾ ਦਵਾਈ ਦਿੰਦੇ ਆ ਇਲਾਜ ਕਰਦੇ ਆ ਗਰੀਬਾਂ ਦਾ ਭਲਾ ਕਰਦੇ ਆ ਘੱਟ ਪੈਸਿਆਂ ਦੇ ਵਿੱਚ ਬਾਬਾ ਆਟਾ ਨੀ ਪਵਾਉਂਦੇ ਲੈ ਜਾ ਬਾਈ ਅੱਛਾ ਬਾਬਾ ਬਾਬਾ ਤੂੰ ਖੰਘ ਵੀ ਬੜੀ ਕਰੀ ਫਿਰਦਾ ਉਹ ਖੰਘ ਦੀ ਵੀ ਕੋਈ ਹੈਗੀ ਦਵਾਈ ਖੰਘ ਦੀ ਵੀ ਲੈ ਸਾਡੇ ਕੋਲ ਹਰ ਬਿਮਾਰੀ ਦਾ ਇਲਾਜ ਆ ਅੱਛਾ ਮੋਢਾ ਦੁਖਦਾ ਮੋਢਾ ਦੁਖਦਾ ਹਰ ਇੱਕ ਬਿਮਾਰੀ ਦਾ ਇਲਾਜ ਆ ਸਾਡੇ ਕੋਲੇ ਅੱਛਾ ਜੜੀ ਬੂਟਿਆਂ ਨਾਲ ਤਿਆਰ ਕੀਤੀ ਦਵਾਈ ਆ ਆਹ ਚੱਕ ਪਹਿਲਾਂ ਤਾਂ ਅੱਖਾਂ ਦਾ ਕਰ ਲਾ ਕਿੰਨੀ ਕੁ ਪਾਉਣੀ ਹੈ ਤੇ ਕਿੰਨੇ ਪੈਸਿਆਂ ਦੀ ਹੈ ਬਾਬਾ ਜੀ ਸੰਤ ਪੈਸਿਆਂ ਪਿੱਛੇ ਨੀ ਚੱਲਦੇ ਇਹਦਾ ਬੰਦੇ ਦਾ ਇਲਾਜ ਦੇਖਦੇ ਵੀ ਵਧੀਆ ਹੋ ਰਿਹਾ ਕਿ ਨਹੀਂ ਆਹ ਦੇਖੋ ਤੁਹਾਨੂੰ ਮੈਂ ਦਿਖਾਉਣਾ ਆਹ ਦੇਖੋ ਆਹ ਮਾਤਾ ਜੀ ਹੈ ਦਿੱਲੀ ਤੋਂ ਦਵਾਈ ਖਾਧੀ ਬਹੁਤ ਦੂਰੋਂ ਖਾਧੀ ਪਰ ਸੰਤਾਂ ਦੀ ਦਵਾਈ ਨਾਲ ਆਹ ਦੇਖੋ ਚਸ਼ਮਾ ਵੀ ਲਾ ਕੇ ਪਰ ਸੰਤਾਂ ਦੀ ਦਵਾਈ ਖਾਧੀ ਹੋਈ ਅਸੀਂ ਪੂਰਾ ਰਿਕਾਰਡ ਰੱਖਦੇ ਹਾਂ ਐਲ ਜੀ ਗੱਲ ਨੀ ਕੋਈ ਠੀਕ ਹੈ ਸਾਡੇ ਐਨਕ ਲੱਗੀ ਦੇਖੀਏ ਕਿਤੇ ਨਾ ਸੰਤਾਂ ਦੇ ਕਦੇ ਐਨਕ ਨੀ ਲੱਗੀ ਹੋਈ ਠੀਕ ਹੈ ਇਹਦੇ ਪੈਸੇ ਤਾਂ ਦੱਸੋ ਚੱਲ ਬਾਬਾ ਤੂੰ ਮੇਰੇ ਪਿਓ ਵਰਗਾ ਬਾਹਰ ਤੇਰੇ ਨਾਲ ਧੱਕਾ ਨੀ ਕਰਦੇ ਕਿਉਂਕਿ ਅਸੀਂ ਵੀ ਪੇਟ ਪੂਜਾ ਕਰਨੀ ਹੁੰਦੀ ਹੈ ਠੀਕ ਹੈ ਚੱਲ ਤੂੰ ਆਪਦੀ ਮਰਜ਼ੀ ਨਾਲ 300-400 ਰੁਪਇਆ ਦੇ ਦੇ ਜਿਹੜਾ 300-400 ਕੋਈ ਬਾਹਲਾ ਨੀ ਮੰਗਿਆ ਸੰਤਾਂ ਨੇ ਸਾਡੇ ਤੁਸੀਂ ਐਂ ਦੇਖੋ ਜੜੀ ਬੂਟੀਆਂ ਲਿਆਉਣੇ ਪਹਾੜਾਂ ਤੋਂ ਜਾ ਕੇ ਸੱਪਾਂ ਦੀਆਂ ਸਿਰੀਆਂ ਦੇ ਪੈਰ ਧਰਤਾ ਲਾਉਣੇ ਦਵਾਈ ਵਧੀਆ ਹੈ ਤੁਸੀਂ ਪਾ ਕੇ ਦੇਖੋ ਇਹ ਨੀ ਪਤਾ ਦਿਸਣੋ ਹਟ ਜੇ ਮੇਰਾ ਪਤਾ ਦਿਸਣ ਲੱਗ ਜੇ ਵਧੀਆ ਲੱਗ ਜੂ ਆ ਲਿਆ ਕੇ ਦੇ ਪੁੱਤੇ ਨੂੰ ਪੈਸੇ ਬਾਬੇ ਨੂੰ ਫਿਰ ਹੱਥਾਂ ਤੜਕੇ ਪਾਇਆ ਕਰਾਂ ਮੈਂ ਜਦੋਂ ਮਰਜ਼ੀ ਬਾਪੂ ਜੀ ਕੋਈ ਕੱਪੜਾ ਤਾਂ ਹੈ ਨੀ ਉਹ ਬੀਬਾ ਕਰੀ ਹੈ ਕੌਣ ਹੈ ਬਾਈ ਸ਼ਾਂਤਾ ਨੇ ਫੇਰੀ ਪਾਈ ਹੈ ਅੱਛਾ ਬਾਬਾ ਜੀ ਲੰਘਿਆ ਹੋਇਆ ਲੰਘਿਓ ਬਾਬਾ ਜੀ ਨਬਜ ਦੇਖ ਕੇ ਰੋਗ ਦੱਸਦੇ ਨੇ ਮੈਂ ਤਾਂ ਬਹੁਤ ਔਖੀ ਆ ਅੱਛਾ ਬੀਬਾ ਜੀ ਨਬਜ ਦਿਖਾਓ ਤੁਹਾਡੇ ਰੋਗ ਦਾ ਮੈਨੂੰ ਪਤਾ ਲੱਗ ਗਿਆ
सिर दुखदा? नहीं बाबा जी। हड्ड पैर टुटदे है? नहीं बाबा जी। हाँ, कम करने दे नहीं करदा? नहीं बाबा जी, मैं तो मेरे घर वाले तो तंग है, शराब वाली पींदा। बाबा जी ओनू दवाई दे, ओदा की हल है? पूरा हल कर देने आ बीबा, चिंता ना कर, साडे कोले हर बीमारी का हल है। दे दिए फिर कोई जड़ी बूटी हो? दे दो बाबा। शराब शुरू करनी तो नक भी नहीं करना हुण। आ लै बीबा, ये कुड़िया नूं रोटी दे टाइम ते घोल के दे दी, शराब बनी तो उन्हें झाकना भी नहीं। बोलो जय संता जी। बीबा जे कोई दुख तकलीफ हुई आ संता का नंबर है, मिस कॉल मार दी, बाबे अनलिमिटेड भी पवा के रख दे, आप ही ला लेंगे। आ देख ऐसी दारू छड़ाई सी मैं, इन्नी दारू पीता अज तक एक तुबका नहीं लगा मूँह। संता का वट्सअप नंबर भी इसे, फेसबुक आईडी भी चलती है, टिकटॉक भी चलती सी, पर बंद हो गया, बाबे बहुत मजबूर सी। वैसे बाबा वैसे तो संत बाले नहीं लेंदे, जल तुम 300-400 रुपया दे दो। इधरों भी कम बन गया, वधिया दिहाड़ी होगी। हेलो, दारू पीने हट जाओ बाबा जी। हाँ जी हाँ जी, हट गया, बस तो तुम दवाई दो, हट गया, चाकड़ा भी होता ना। हबीबा प्रसादा प्रसूदा नहीं पिया, पर संत खाते गर्मो गर्मी है। हाँ बाबा जी, लिया देनी रोटी मेरे घर वाला आने वाला, ओदे वास्ते बनाई थी, गर्मो गर्मी है, लिया देनी वही। चल बीबा रहने दे, फिर मैं तो होर घरी करूँ, ठीक है मैं चलिया भाई। संत फुलके हुण होर खा लैन गे, कितें होर ही फुलके खाते खाते कुछ होर खा लैन। होर बजुर्गो की हाल है? बाबा तेरे आंदा नजरा, तू लस्सी च लून घोल के पीया कर। दे दिए फिर तेन दवाई? चल कोई ना, फिर मुड़ता होया गेड़ा मारू कि पता नहीं मेरा साला कहे जी दवाई दे गया, अखां अगे हजे माड़ा मोटा दिसदा सी, कुछ चक धर लैंदे सी, ते हुण तां पता ही नहीं लगदा की करां की ना। पता नहीं मेरा साला कहे जी दवाई दे गया, आउण दे मेरे साले नूं। बाबा ने नंबर दिया सी, ओ ला के दे दे। The number you are trying to call is currently not reachable. ਨੰਬਰ ਹੀ ਨਹੀਂ ਚੱਲ ਰਿਹਾ ਹੈਗਾ, ਕਹਿੰਦਾ ਸੀ ਵਟਸਐਪ ਨੰਬਰ ਇਹ ਆ, ਫੇਸਬੁੱਕ ਨੰਬਰ ਇਹੀ ਆ, ਲੱਗ ਨਹੀਂ ਰਿਹਾ। ਰੁੜ ਜਾਣਾ, ਪਤਾ ਨਹੀਂ ਕਿਹੋ ਜਿਹੀ ਦਵਾਈ ਦੇ ਕੇ ਗਿਆ। ਮੇਰੇ ਘਰ ਵਾਲਾ ਪਹਿਲਾਂ ਇੱਕ ਬੋਤਲ ਪੀਂਦਾ ਸੀ, ਹੁਣ ਲੱਗ ਗਿਆ। ਰੁੜ ਜਾਣਾ, ਹਾਏ ਹਾਏ ਬੂਗਣਾ, ਪਤਾ ਨਹੀਂ ਕਿਹੋ ਜਿਹੀ ਦਵਾਈ ਦੇ ਗਿਆ। ਹਾਏ ਤੁਰਨਾ ਤਾਂ ਦੂਰ, ਮੈਂ ਤਾਂ ਮੰਜੇ ਜੀ ਪਾ ਗਿਆ। ਫਸ ਗਿਆ ਬਾਬਾ।
ਚੱਲ ਕਿਰਾ ਤੂੰ ਫੋਨ ਦੇ ਕੇ ਜਾਈ ਕੋਈ ਆ ਫੋਨ ਵਾ ਤੂੰ ਨੌਕਰੀ ਲੱਗੇਗਾ ਬੱਚਾ ਚੱਲ ਚੰਗਾ ਰੱਤ ਤੱਕ ਆ ਤੂੰ ਉਹਨਾਂ ਦਾ ਬਾਲੀ ਮਾੜੀ ਗੱਲ ਹੋ ਉਹ ਕੋਈ ਸਾਹ ਸੂਦ ਆਇਆ ਸੀਗਾ ਤੇ ਉਹਨੂੰ ਦਵਾਈ ਦਵੂਈ ਦੇ ਗਿਆ ਉਹ ਹੁਣ ਬਾਬਾ ਜਮੀ ਇੰਨਾ ਹੋ ਗਿਆ ਦਵਾਈ ਦਵੂਈ ਲੜੀ ਇਹਨੇ ਉਹ ਕੁੜੀ ਚੋਦਾ ਕੋਈ ਦਵਾਈ ਦੇ ਗਿਆ ਤੂੰ ਜਮੀ ਇੰਨਾ ਹੋ ਗਿਆ ਅੱਛਾ ਬਈ ਯਾਰ ਬੁੜੀਆਂ ਇਹਨੂੰ ਵੀ ਕਮਲਾ ਬਣਾ ਗਾ ਤੂੰ ਤੈਨੂੰ ਉਹ ਸਾਧ ਸਾਰੇ ਯਾਰ ਮੈਨੂੰ ਵੀ ਟੱਕਰ ਆਈ ਕਹਿੰਦਾ ਮੈਨੂੰ ਅਗਲੇ ਪਿੰਡ ਛੱਡ ਦੀ ਹੁਣ ਹੋਰ ਹੁਣੀ ਬਸ ਥੋੜਾ ਟਾਈਮ ਹੋ ਗਿਆ ਹੁਣ ਘੰਟਾ ਹੋ ਗਿਆ ਵਾ ਅਗਲੇ ਪਿੰਡ ਹਾਂ ਕੀ ਕਰ ਆਪਾਂ ਆਇਆ ਵੀ ਤੂੰ ਵੀ ਪੁਰਾਣਾ ਭਰਾ ਮੈਂ ਤਾਂ ਜਵਾਕਾਂ ਟਾਈਮ ਹੋ ਰਿਹਾ ਟੂਸ਼ਨ ਪੜਾਉਣਾ ਜਾ ਕੇ ਚੱਲ ਚੱਲ ਆਇਓ ਤੂੰ ਮੌੜੀ ਮਾਰ ਕੁੱਟੋ ਮੇਰੇ ਮੈਨੂੰ ਛੱਡ ਕੇ ਪੰਗਾ ਯਾਰ ਤੂੰ ਸਾਹ ਤਾਂ ਨੀ ਕਰਨਾ ਕਰਦਾ ਯਾਰ ਤੈਨੂੰ ਅਗਲੇ ਪਿੰਡ ਛੱਡ ਕੇ ਵੀ ਆਇਆ ਸੀ ਅੱਜ ਸਵੇਰੇ ਬੋਲੀ ਨਾ ਯਾਰ ਓਏ ਹੱਟ ਹੋ ਮੇਰੇ ਹਾਂਜੀ ਬਾਈ ਕਿੱਦਾਂ ਲੱਗੀ ਵੀਡੀਓ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੋ ਕਿ ਤੁਹਾਡੇ ਕੋਲ ਆਪਣੀਆਂ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਸਭ ਤੋਂ ਪਹਿਲਾਂ ਆ ਸਕਣ ਅਤੇ ਕੀਪ ਸਪੋਰਟਿੰਗ ਲਈ ਥੈਂਕਸ ਲਵ ਯੂ।